ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਜਨਮ ਅਸ਼ਟਮੀ ਦਾ ਤਿਉਹਾਰ ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਪੂਰੇ ਉਤਸ਼ਾਹ ਅਤੇ ਧਾਰਮਿਕ ਆਸਥਾ ਨਾਲ ਮਨਾਇਆ ਜਾ ਰਿਹਾ ਹੈ ਬ੍ਰਿੰਦਾਵਨ ਸਮੇਤ ਦੇਸ਼ ਦੇ ਸਾਰੇ ਹੀ ਮੰਦਰਾਂ ਵਿੱਚ ਅੱਜ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਹੈ ਸੂਚਨਾ ਤੇ ਪ੍ਰਸਾਰਣ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਫਿਟ ਇੰਡੀਆ ਮੁਹਿੰਮ ਦੇ ਦੂਜੇ ਸਥਾਪਨਾ ਦਿਵਸ ਮੌਕੇ ਫਿਟ ਇੰਡੀਆ ਐਪ ਲਾਂਚ ਕੀਤੀ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸਰੀਰਕ ਤੰਦਰੁਸਤੀ ਲਈ ਘੱਟੋ ਘੱਟ ਅੱਧੇ ਘੰਟੇ ਦਾ ਸਮਾਂ ਕੱਢਣ ਆਯੂਸ਼ ਮੰਤਰੀ ਸੋਨਵਾਲ ਵੱਲੋਂ ਆਜ਼ਾਦੀ ਦਾ ਅਮਰਿਤ ਮਹਾਉਤਸਵ ਮਨਾਉਣ ਲਈ ਅੱਜ ਤੋਂ ਜੜੀਆਂ ਬੂਟੀਆਂ ਵਾਲੇ ਪੌਦਿਆਂ ਦੀ ਕਾਸ਼ਤ ਸਮੇਤ ਕਈ ਹੋਰ ਗਤੀਵਿਧੀਆਂ ਸ਼ੁਰੂ ਕਰਨ ਦਾ ਐਲਾਨ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੋਹਾਲੀ ਵਿੱਚ ਸਥਾਪਿਤ ਕੀਤੇ ਜਾ ਰਹੇ ਕੈਂਸਰ ਹਸਪਤਾਲ ਦੇ ਉਸਾਰੀ ਕੰਮਾਂ ਦਾ ਜਾਇਜ਼ਾ ਲਿਆ ਇਸ ਸਾਲ ਨਵੰਬਰ ਤੱਕ ਇਸ ਨੂੰ ਹਰ ਹਾਲਤ ਵਿੱਚ ਸ਼ੁਰੂ ਕੀਤੇ ਜਾਣ ਦੇ ਦਿੱਤੇ ਨਿਰਦੇਸ਼ ਸਮਾਰਟ ਸਕੂਲ ਯੋਜਨਾ ਅਧੀਨ ਪੰਜਾਬ ਦੇ 13000 ਤੋਂ ਵੱਧ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ ਟੋਕੀਓ ਪੈਰਾਓਲੰਪਿਕਸ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਅਵਨੀ ਲੇਖਾ ਨੇ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜਿੱਤਿਆ ਹੋਰ ਵੱਖ-ਵੱਖ ਮੁਕਾਬਲਿਆਂ ਵਿੱਚ ਭਾਰਤ ਨੇ ਚਾਂਦੀ ਦੇ 4 ਅਤੇ ਕਾਂਸੇ ਦੇ 2 ਤਮਗੇ ਜਿੱਤੇ ਰਾਸ਼ਟਰਪਤੀ ਉਪਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਖੇਡ ਮੰਤਰੀ ਨੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਤੇ ਹੁਣ ਖਬਰਾਂ ਵਿਸਥਾਰ ਨਾਲ ਜਨਮਸ਼ਟਮੀ ਦਾ ਤਿਹਾਰ ਅੱਜ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਪੂਰੀ ਧਾਰਮਿਕ ਆਸਥਾ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਨਮਸ਼ਟਮੀ ਮਨਾਉਣ ਲਈ ਮੰਦਰਾਂ ਨੂੰ ਰੰਗ-ਬਰੰਗੀਆਂ ਲਾਈਟਾਂ ਅਤੇ ਹੋਰ ਸਾਧਨਾਂ ਨਾਲ ਸਜਾਇਆ ਗਿਆ ਹੈ। ਸ਼ਰਧਾਲੂਆਂ ਨੇ ਅੱਜ ਸਵੇਰ ਤੋਂ ਹੀ ਮੰਦਰਾਂ ਵਿੱਚ ਜਾ ਕੇ ਭਗਵਾਨ શ્રીਕ੍ਰਿਸ਼ਨ ਦੀ ਮਹਿਮਾ ਦਾ ਗੁਣਗaan ਸ਼ੁਰੂ ਕਰ ਦਿੱਤਾ ਹੈ। ਬ੍ਰਿੰਦਾਵਨ, ਅਯੁੱਧਿਆ, ਮਥੁਰਾ ਅਤੇ ਗੋਕੁਲ ਦੇ ਮੰਦਰਾਂ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਗਿਆ ਹੈ। ਦੇਸ਼ ਭਰ ਵਿੱਚ ਇਸ ਕਾਨ ਸੰਸਥਾ ਵੱਲੋਂ ਇਸ ਸਾਲ ਕੋਵਿਡ-19 ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਦਿਆਂ ਜਨਮਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦਾ ਮਥੁਰਾ ਦੀ ਜੇਲ੍ਹ ਵਿੱਚ ਮਾਤਾ ਦੇਵਕੀ ਦੇ ਗਰਭ ਚੋਂ ਜਨਮ ਹੋਇਆ ਸੀ ਅਤੇ ਉਹਨਾਂ ਦੇ ਜਨਮ ਲੈਂਦਿਆਂ ਹੀ ਜੇਲ੍ਹ ਦੇ ਸਾਰੇ ਦਰਵਾਜ਼ੇ ਖੁੱਲ ਗਏ ਸਨ ਅਤੇ ਉਹਨਾਂ ਦੇ ਪਿਤਾ ਵਾਸੂਦੇਵ ਉਹਨਾਂ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਛਾਲਾ ਮਾਰਦੀ ਯਮੁਨਾ ਨਦੀ ਨੂੰ ਪਾਰ ਕਰਕੇ ਗੋਕੁਲ ਪਹੁੰਚੇ ਸਨ ਜਿੱਥੇ ਉਹਨਾਂ ਨੇ ਇਸ ਬੱਚੇ ਨੂੰ ਨੰਦ ਅਤੇ ਯਸ਼ੋਦਾ ਦੇ ਹਵਾਲੇ ਕਰ ਦਿੱਤਾ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਉਪਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਮ ਅਸ਼ਟਮੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਪ੍ਰਸਾਰਿਤ ਆਪਣੇ ਬਹੁ ਚਰਚਿਤ ਪ੍ਰੋਗਰਾਮ ਮੰਕੀ ਬਾਤ ਵਿੱਚ ਵੀ ਜਨਮ ਅਸ਼ਟਮੀ ਦੇ ਪਵਿੱਤਰ ਤਿਹਾਰ ਦਾ ਜ਼ਿਕਰ ਕਰਦਿਆਂ ਇਸ ਕਾਨ ਨਾਲ ਸੰਬੰਧਿਤ ਜਦੂ ਰਾਣੀ ਦਾਸੀ ਨਾਲ ਆਪਣੀ ਮੁਲਾਕਾਤ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਜਨਮਾਸ਼ਟਮੀ ਦਾ ਮਹਾਪਰਵ ਵੀ ਹੈ ਜਨਮਾਸ਼ਟਮੀ ਕਾ ਇਹ ਪਰਵ ਯਾਨੀ भगवान श्री कृष्ण के जन्म का पर्व हम भगवान के सब स्वरूपों से परिचित है नटकर कन्हैया से लेकर के विराट रूप धारण करने वाले कृष्ण तक शास्त्र सामर्थ्य से लेकर के शस्त्र सामर्थ्य वाले कृष्ण तक कला हो सौंदर्य हो माधुर्य हो कहाँ कृष्ण है ਸੂਚਨਾ ਤੇ ਪ੍ਰਸਾਰਣ ਅਤੇ ਖੇਡ ਮੰਤਰੀ ਅਨੁਰਾਗ ਜੀ ਠਾਕੁਰ ਨੇ ਫਿਟ ਇੰਡੀਆ ਮੁਹਿੰਮ ਦੇ ਦੂਜੇ ਸਥਾਪਨਾ ਦਿਵਸ ਮੌਕੇ ਕੱਲ ਫਿਟ ਇੰਡੀਆ ਐਪ ਦੀ ਸ਼ੁਰੂਆਤ ਕੀਤੀ ਇਹ ਐਪ ਐਂਡਰੋਇਡ ਅਤੇ ਆਈਓਐਸ ਦੋਹਾਂ ਪਲੇਟਫਾਰਮਾਂ ਤੇ ਉਪਲਬਧ ਹੈ ਇਸ ਐਪ ਨੂੰ ਇਸ ਢੰਗ ਨਾਲ ਵਿਕਸਿਤ ਕੀਤਾ ਗਿਆ ਹੈ ਕਿ ਇਹ ਬੇਸਿਕ smartphones 'ਤੇ ਵੀ ਕੰਮ ਕਰ ਸਕਦੀ ਹੈ ਨਵੀਂ ਦਿੱਲੀ ਵਿੱਚ ਫਿਟ ਇੰਡੀਆ ਐਪ ਨੂੰ ਲਾਂਚ ਕਰਦੇ ਹਾਂ ਠਾਕੁਰ ਨੇ ਕਿਹਾ ਕਿ ਇਹ ਐਪ ਤੰਦਰੁਸਤੀ ਤੇ ਨਜ਼ਰ ਰੱਖਣ ਵਿੱਚ ਮਦਦ ਕਰੇਗੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਨੂੰ ਡਾਊਨਲੋਡ ਕਰਨ ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਤੰਦਰੁਸਤੀ ਲਈ ਹਰ ਰੋਜ਼ ਘੱਟੋ ਘੱਟ ਅੱਧਾ ਘੰਟਾ ਆਪਣੀ ਸਰੀਰਕ ਤੰਦਰੁਸਤੀ ਲਈ ਕੱਢਣ ਯੁਵਾ ਮਾਮਲਿਆਂ ਅਤੇ ਖੇਡਾਂ ਬਾਰੇ ਰਾਜ ਮੰਤਰੀ ਨਿਸ਼ਿਤ ਪ੍ਰਮਾਣਕ ਵੀ ਇਸ ਮੌਕੇ ਮੌਜੂਦ ਸਨ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਪਲਵਾਂ ਸੰਗਰਾਮ ਸਿੰਘ ਆਯਾਜ਼ ਮੈਮਨ ਅਤੇ ਹੋਰ ਕਈ ਸ਼ਖਸੀਤਾਂ ਨੇ ਵੀ ਇਸ ਮੌਕੇ ਵਰਚੁਅਲ ਤੌਰ ਤੇ ਸ਼ਮੂਲੀਅਤ ਕੀਤੀ ਫਿਟ ਇੰਡੀਆ ਮਹਿੰਮ 2019 ਵਿੱਚ ਕੱਲ ਦੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਨੂੰ ਤੰਦਰੁਸਤ ਅਤੇ ਸਿਹਤਮੰਦ ਰਾਸ਼ਟਰ ਬਣਾਉਣ ਦੇ ਵਿਜ਼ਨ ਨਾਲ ਸ਼ੁਰੂ ਕੀਤੀ ਗਈ ਸੀ ਇਸ ਪਿਛਲੇ 2 ਸਾਲਾਂ ਦੌਰਾਨ ਫਿਟ ਇੰਡੀਆ ਮਹਿੰਮ ਫਿਟ ਇੰਡੀਆ ਸਕੂਲ ਹਫਤਾ ਫਿਟ ਇੰਡੀਆ ਫਰੀडम ਦੌੜ ਫਿਟ ਇੰਡੀਆ ਸਾਈਕਲ ਲਾਥਨ ਅਤੇ ਕਈ ਹੋਰ ਮਹਮਾਰਾਹੀ ਦੇਸ਼ ਭਰ ਦੇ ਲੱਖਾਂ ਲੋਕਾਂ ਤੱਕ ਪਹੁੰਚ ਚੁੱਕੀ ਏ ਇਸ ਵੇਲੇ ਫਿਟ ਇੰਡੀਆ ਮੋਹਮ ਆਪਣੀ ਸਥਾਪਨਾ ਦਾ ਦੂਜਾ ਸਾਲ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਨਾਲ ਮਨਾ ਰਹੀ ਏ ਆਯੂਸ਼ ਮੰਤਰੀ ਸਰਵਨੰਦ ਸੋਨੋਵਾਲ ਨੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ ਅੱਜ ਤੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਅਤੇ ਮੋਹਮਾ ਸ਼ੁਰੂ ਕਰਨ ਦਾ ਐਲਾਨ ਕੀਤਾ ਏ ਨਵੀਂ ਦਿੱਲੀ ਵਿੱਚ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਵਿੱਚ 75000 ਹੈਕਟੇਰ ਰਕਵੇ ਵਿੱਚ ਦਵਾਈਆਂ ਵਾਲੀਆਂ ਜੜੀਆਂ ਬੂਟੀਆਂ ਦੀ ਕਾਸ਼ਤ ਵੀ ਸ਼ਾਮਲ ਏ ਇਸ ਤੋਂ ਇਲਾਵਾ 1 ਸਤੰਬਰ ਨੂੰ ਵਾਈ ਬ੍ਰੇਕ ਐਪ ਵੀ ਸ਼ੁਰੂ ਕੀਤੀ ਜਾਵੇਗੀ ਜੋ ਦਫ਼ਤਰ ਜਾਣ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ 5 ਮਿੰਟ ਦੇ ਯੋਗ ਨਿਯਮਾਂ ਨਾਲ ਸੰਬੰਧਿਤ ਹੋਵੇਗੀ ਉਨਾ ਕਿਹਾ ਕਿ ਜੜੀ ਬੂਟੀਆਂ ਦੀ ਕਾਸ਼ਤ ਕਿਸਾਨਾਂ ਦੀ ਸਥਾਈ ਆਮਦਨ ਦੇ ਸਾਧਨ ਨੂੰ ਯਕੀਨੀ ਬਣਾਏਗੀ। ਉਹਨਾਂ ਕਿਹਾ ਕਿ ਇਹ ਯੋਜਨਾ ਨੈਸ਼ਨਲ ਮੈਡੀਸਿਨਲ ਪਲਾਂਟਸ ਬੋਰਡ ਰਾਹੀਂ ਲਾਗੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 5 ਸਤੰਬਰ ਤੱਕ ਚੱਲਣ ਵਾਲੀਆਂ ਆਜ਼ਾਦੀ ਕਾ ਅੰਮ੍ਰਿਤ ਮਹਾ ਉਤਸਵ ਹਫ਼ਤੇ ਦੌਰਾਨ ਇਹਨਾਂ ਗਤੀਵਿਧੀਆਂ ਦਾ ਉਦੇਸ਼ ਦੇਸ਼ ਦੇ ਦੂਰ ਦਰਾਡੇ ਦੇ ਇਲਾਕਿਆਂ ਅਤੇ ਆਬਾਦੀ ਦੇ ਸਾਰੇ ਹੀ ਵਰਗਾਂ ਤੱਕ ਪਹੁੰਚ ਕਰਨਾ ਹੈ। ਉਹਨਾਂ ਕਿਹਾ ਕਿ ਹਫ਼ਤੇ ਦੀ ਸ਼ੁਰੂਆਤ ਆਯੂਸ਼ ਸ਼ੈਲਟਰ ਰਾਹੀਂ ਤੂਫਾਨ ਤੋਂ ਬਚਣ ਦੇ ਵਿਸ਼ੇਸ਼ ਤੇ ਆਯੂਸ਼ ਵਿਦਿਆਰਥੀਆਂ ਲਈ ਰਾਸ਼ਟਰੀ ਵੈਬਿਨਾਰ ਨਾਲ ਹੋਵੇਗੀ ਉਨ੍ਹਾਂ ਕਿਹਾ ਆਜ਼ਾਦੀ ਦਾ ਅੰਮ੍ਰਿਤ ਮਹਾਸਭ ਭਾਰਤ ਦੀ 75ਵੀਂ ਬਰੇਗਣ ਮਨਾਉਣ ਲਈ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਦੀ ਲੜੀਏ ਅਤੇ ਇਸ ਨੂੰ ਜਨਪਾਗੀਦਾਰੀ ਦੀ ਭਾਵਨਾ ਨਾਲ ਜਨ ਉਤਸਵ ਵਜੋਂ ਮਨਾਇਆ ਜਾਵੇਗਾ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਜਲਦੀ ਹੀ ਸਰਹੱਦੀ ਇਲਾਕਿਆਂ ਵਿੱਚ ਸੁਰੰਗਾਂ ਦੀ ਖੋਜ ਲਈ ਟੈਕਨੋਲੋਜੀ ਹਾਸਲ ਕਰੇਗੀ ਜੰਮੂ ਵਿੱਚ ਕੱਲ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਸ ਵੇਲੇ ਦੋ ਤਰ੍ਹਾਂ ਦੀਆਂ ਚੁਣੌਤੀਆਂ ਦਾ ਟਕਰਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਵਿੱਚ ਸਰਹੱਦੋਂ ਪਾਰ ਕੁਸਪੈਡ ਦੀ ਨਿਗਰਾਨੀ ਅਤੇ ਹੁਣ ਉਪਗ੍ਰਹਿ ਰਾਹੀਂ ਨਿਗਰਾਨੀ ਸ਼ਾਮਲ ਹੈ ਉਨ੍ਹਾਂ ਕਿਹਾ ਕਿ ਸਰਹੱਦੋਂ ਪਾਰ ਕੁਸਪੈਡ ਨੂੰ ਰੋਕਣ ਲਈ ਸੁਰੱਖਿਆ ਬਲਾਂ ਨੂੰ ਨਾ ਸਿਰਫ ਵੱਡੀ ਪੱਧਰ ਤੇ ਤਾਇਨਾਤ ਕੀਤਾ ਗਿਆ ਹੈ ਬਲਕਿ ਚੌਕਸੀ ਵੀ ਵਧਾਈ ਗਈ ਹੈ ਅਤੇ ਇਸ ਦੇ ਨਾਲ ਨਾਲ ਬਾੜ ਲਗਾਉਣ ਦੇ ਕਾਨੂੰਨ ਨੂੰ ਵੀ ਮਜ਼ਬੂਤ ਕੀਤਾ ਗਿਆ ਏ ਉਹਨਾਂ ਕਿਹਾ ਕਿ ਸਭ ਤੋਂ ਵੱਡੀ ਚੁਣੌਤੀ ਉਹਨਾਂ ਲੋਕਾਂ ਕੋਲੋਂ ਏ ਜੋ ਸਮਾਜ ਵਿੱਚ ਰਹਿੰਦੇ ਆ ਕੁਸਪੈਟੀਆਂ ਜਾਂ ਹੋਰ ਦੇਸ਼ ਵਿਰੋਧੀ ਲੋਕਾਂ ਦੀ ਮਦਦ ਕਰ ਰਹੇ ਨੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਹੱਦੀ ਇਲਾਕਿਆਂ ਦੀਆਂ ਸਾਰੀਆਂ ਹੀ ਮੰਗਾਂ ਨੂੰ ਪੂਰਾ ਕਰਨ ਲਈ ਹਰ ਯਤਨ ਕਰ ਰਹੇ ਨੇ ਕੇਂਦਰੀ ਪ੍ਰਤੱਖ ਟੈਕਸ ਬੋਰਡ ਸੀਬੀਡੀਟੀ ਨੇ ਵਿਵਾਦ ਤੋਂ ਹੱਲ ਕਾਨੂੰਨ ਅਧੀਨ ਟੈਕਸ ਦੇ ਭੁਗਤਾਨ ਦੀ ਆਖਰੀ ਤਾਰੀਖ ਬਿਨਾਂ ਕਿਸੇ ਜੁਰਮਾਨੇ ਦੇ 30 ਸਤੰਬਰ ਤੱਕ ਵਧਾ ਦਿੱਤੀ ਹੈ ਵਿੱਤ ਮੰਤਰਾਲਾ ਨੇ ਕਿਹਾ ਕਿ ਇਹ ਤਾਰੀਖ ਪਹਿਲਾਂ 31 ਅਗਸਤ ਸੀ ਅਤੇ ਟੈਕਸ ਦੀ ਅਦਾਇਗੀ ਨਾਲ ਸੰਬੰਧਿਤ ਫਾਰਮ ਨੰਬਰ 3 ਨੂੰ ਜਾਰੀ ਕਰਨ ਅਤੇ ਉਸ ਵਿੱਚ ਸੋਧ ਕਰਨ ਦੇ ਮਾਮਲੇ ਵਿੱਚ ਆ ਰਹੀਆਂ ਦਿੱਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਟੈਕਸ ਦੇ ਭੁਗਤਾਨ ਦੀ ਤਾਰੀਖ ਵਿੱਚ 1 ਮਹੀਨੇ ਦਾ ਵਾਅਦਾ ਕੀਤਾ ਗਿਆ ਹੈ ਮੰਤਰਾਲਾ ਨੇ ਕਿਹਾ ਕਿ ਵਿਵਾਦ ਤੋਂ ਵਿਸ਼ਵਾਸ ਕਾਨੂੰਨ ਅਧੀਨ ਟੈਕਸ ਦੇ ਭੁਗਤਾਨ ਲਈ ਫਾਰਮ ਇਹ ਜ਼ਰੂਰੀ ਹੈ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ ਇਸ ਕਾਨੂੰਨ ਅਧੀਨ ਵਾਧੂ ਫੀਸ ਨਾਲ ਭੁਗਤਾਨ ਦੀ ਆਖਰੀ ਤਾਰੀਖ ਪਹਿਲਾ ਵਾਂਗ 31 ਅਕਤੂਬਰ ਹੀ ਰਹੇਗੀ ਅਤੇ ਉਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪੰਜਾਬ ਦੀ ਮੁਖਸਕੱਤਰ ਵਿਨੀ ਮਹਾਜਨ ਨੇ ਮੁਹਾਲੀ ਵਿੱਚ ਸਥਾਪਿਤ ਕੀਤੇ ਜਾ ਰਹੇ ਹੋਮੀਪਾਪਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦੇ ਸਾਰੇ ਹੀ ਹਿੱਸੇਦਾਰਾਂ ਨੂੰ ਕਿਹਾ ਹੈ ਕਿ ਉਹ ਇਸ ਆਧੁਨਿਕ ਕੈਂਸਰ ਹਸਪਤਾਲ ਨੂੰ ਇਸ ਵਾਰੇ ਨਵੰਬਰ ਤੋਂ ਕਾਰਸ਼ੀਲ ਬਣਾਉਣ ਦੇ ਕੰਮ ਨੂੰ ਯਕੀਨੀ ਬਣਾਉਣ ਚੰਡੀਗੜ੍ਹ ਵਿੱਚ ਕੱਲ ਇਸ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਦੌਰਾਨ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਸਾਰੇ ਹੀ ਬਕਾਇਆ ਕੰਮ 15 ਸਤੰਬਰ ਤੋਂ ਪਹਿਲਾਂ ਪਹਿਲਾਂ ਪੂਰੇ ਹੋ ਜਾਣੇ ਚਾਹੀਦੇ ਨੇ ਤਾਂ ਜੋ ਰੇਡੀਓਲੋਜੀ ਉਪਕਰਨ ਸਥਾਪਤ ਕਰਨ ਦੇ ਕੰਮ ਨੂੰ ਛੇਤੀ ਨਾਲ ਮੁਕੰਮਲ ਕੀਤਾ ਜਾ ਸਕੇ ਪ੍ਰੋਜੈਕਟ ਦੀ ਪ੍ਰਗਤੀ ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਇਸ ਪ੍ਰੋਜੈਕਟ ਨੂੰ ਸੰਚਾਲਿਤ ਕਰ ਰਹੀ ਟੀਮ ਨੂੰ ਉਨ੍ਹਾਂ ਕਿਹਾ ਕਿ 300 ਬਿਸਤਰਿਆਂ ਵਾਲੇ ਇਸ ਅਤਿ ਆਧੁਨਿਕ ਕੈਂਸਰ ਹਸਪਤਾਲ ਨੂੰ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾਣਾ ਮੁੱਖ ਮੰਤਰੀ ਦੀਆਂ ਤਰਜੀਹਾਂ ਵਿੱਚ ਇੱਕੇ ਪੰਜਾਬ ਸਰਕਾਰ ਨੇ ਇਸ ਹਸਪਤਾਲ ਲਈ 50 ਏਕੜ ਜ਼ਮੀਨ ਮੁਫਤ ਮੁਹੱਈਆ ਕਰਵਾਈਏ ਅਤੇ 663 ਕਰੋੜ 74 ਲੱਖ ਰੁਪਏ ਦੀ ਰਕਮ ਇਸ ਹਸਪਤਾਲ ਲਈ ਮਨਜ਼ੂਰ ਕੀਤੀ ਹੈ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ